ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਹਿਲੇ ਵਲੋਗ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਧੰਨਵਾਦ ਜੀ। ਅੱਜ ਆਪਾਂ ਚੱਲੇ ਸੀ ਗੁਰਦੁਆਰਾ ਅੰਗੀਠਾ ਸਾਹਿਬ, ਜੋ ਕਿ ਜਿਆਣ ਪਿੰਡ ਹੁਸ਼ਿਆਰਪੁਰ ਦੇ ਵਿੱਚ ਸਥਿਤ ਹੈ, ਅਤੇ ਸੋਚਿਆ ਵੀ ਤੁਹਾਨੂੰ ਸਾਰਿਆਂ ਨੂੰ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਦਈਏ। ਚਲੋ ਜੀ ਮਿਲਦੇ ਹਾਂ। ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਪਿੰਡ ਨੰਗਲ ਖੁਰਦ, ਜ਼ਿਲ੍ਹਾ ਹੁਸ਼ਿਆਰਪੁਰ, ਪਿਤਾ ਸ਼੍ਰੀ ਮਾਈ ਦਾਸ ਜੀ ਦੇ ਘਰ ਮਾਤਾ ਰਾਮ ਦੇਈ ਜੀ ਦੀ ਕੁੱਖੋਂ ਹੋਇਆ। ਬਚਪਨ ਵਿੱਚ ਆਪ ਘਰ ਵਿੱਚ ਖੇਤੀਬਾੜੀ ਦਾ ਕੰਮ ਕਰਦੇ ਅਤੇ ਪੰਡਿਤ ਹੀਰਾਨੰਦ ਜੀ ਦੀ ਸੰਗਤ ਕਰਦੇ ਹੋਇਆਂ ਗੁਰਸਿੱਖੀ ਦੇ ਅੱਖਰ ਸਿੱਖ ਗਏ। 16 ਸਾਲ ਦੀ ਉਮਰ ਵਿੱਚ 1893 ਈਸਵੀ ਨੂੰ ਫੌਜ ਵਿੱਚ ਭਰਤੀ ਹੋ ਗਏ। ਜਦੋਂ ਆਪ ਜੀ ਦੀ 22 ਨੰਬਰ ਪਲਟਨ ਨੌਸ਼ਹਿਰੇ ਪੁੱਜੀ ਤਾਂ ਸੰਤ ਬਾਬਾ ਕਰਮ ਸਿੰਘ ਜੀ ਦੇ ਪਿਛਲੇ ਜਨਮ ਦੇ ਸੰਬੰਧ ਕਰਕੇ ਬਾਬਾ ਵਿਛਾਵਾ ਸਿੰਘ ਰਾਹੀਂ ਸੁਨੇਹਾ ਭੇਜ ਕੇ ਸੱਦਿਆ। ਆਪ ਜੀ ਉਸੀ ਵੇਲੇ ਚਲੇ ਗਏ, ਜਿਸ ਵੇਲੇ ਬਾਬਾ ਕਰਮ ਸਿੰਘ ਸਾਹਿਬ ਜੀ ਰਾਤ ਦੇ 2 ਵਜੇ ਇਸ਼ਨਾਨ ਕਰਨ ਤੋਂ ਬਾਅਦ ਆਪ ਜੀ ਨੂੰ ਗਲਵੱਕੜੀ ਵਿੱਚ ਲੈ ਕੇ ਸਾਰੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਅਤੇ ਬਚਨ ਕੀਤਾ ਕਿ ਡਟ ਕੇ ਬੰਦਗੀ ਕਰਨੀ ਅਤੇ ਤਰਕ ਨਹੀਂ ਕਰਨਾ ਆਦਿਕ। ਕੁਝ ਸਮਾਂ ਬੰਦਗੀ ਅਤੇ ਨੌਕਰੀ ਕਰਨ ਤੋਂ ਬਾਅਦ ਬਾਬਾ ਕਰਮ ਸਿੰਘ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਦੁਆਬੇ ਦੀ ਧਰਤੀ 'ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਆਪ 2 ਕੁ ਮਹੀਨੇ ਪਿੰਡ ਨੰਗਲ ਖੁਰਦ ਰਹਿ ਕੇ ਆਪਣੀ ਭੂਆ ਜੀ ਕੋਲ ਪਿੰਡ ਜਿਆਣ ਆ ਗਏ। ਇੱਕ ਦਿਨ ਪਿੰਡ ਦੇ ਚੜ੍ਹਦੇ ਪਾਸੇ ਟੋਬੇ 'ਤੇ ਖੜ੍ਹੇ ਹੋ ਕੇ ਕਹਿਣ ਲੱਗੇ, ਇਹ ਸਾਡਾ ਖੇਤ ਹੈ। ਜ਼ਿਮੀਂਦਾਰ ਨੇ ਕਿਹਾ, ਨਹੀਂ ਇਹ ਮੇਰਾ ਖੇਤ ਹੈ। ਫਿਰ ਆਪ ਜੀ ਨੇ ਕਿਹਾ, ਇਹ ਤਾਂ ਸਾਡਾ ਖੇਤ ਹੈ। ਜ਼ਿਮੀਂਦਾਰ ਨੇ ਕਿਹਾ ਕਿ ਕੋਈ ਸਬੂਤ ਹੈ? ਆਪ ਜੀ ਨੇ ਕਿਹਾ, ਇੱਥੋਂ ਧਰਤੀ ਪੁੱਟੋ। ਧਰਤੀ ਪੁੱਟਣ 'ਤੇ ਆਪ ਜੀ ਨੇ ਤਪੱਸਿਆ ਦੀਆਂ ਨਿਸ਼ਾਨੀਆਂ ਦਿਖਾ ਦਿੱਤੀਆਂ, ਜਿਵੇਂ ਗੜਵਾ, ਚਿਮਟਾ, ਪਊਏ, ਧੂਣਾ, ਖੰਡਾ ਆਦਿਕ ਦੇ ਕੇ ਜ਼ਿਮੀਂਦਾਰ ਆਪ ਦੇ ਪੈਰਾਂ ਵਿੱਚ ਦੇਖ ਕੇ ਹੋਈਆਂ ਭੁੱਲਾਂ ਦੀ ਖਿਮਾ ਮੰਗੀ।
इस समय आप जी की पुरातन अते इस जामे दे तप अस्थान ते निर्मल कुटिया डेरा अंगीठा साहिब सुशोभित है। आप जी मार्च 1924 दे चौथे अकाली जथे विच 500 सिंघां नाल जथा लै के जैतो दे मोर्ते विच गए। करीब 1.5 साल नाभे दी जेल विच रहे अते अन्न नहीं छकिया। दुआरा मोर्चा फतेह करके अखंड पाठ साहिब नूं दुआरा कराया अते संत बाबा राम सिंह जी होती मरदान वाले आप जी नूं 1925 दे कुंभ मेले ते लै गए। यात्रा तो वापस आके आप जी श्री आनंदपुर साहिब जी दा पवित्र नींह पत्थर अपने हत्थी रखिया। बाकी दी सेवा उसारी अपने परम सेवक संत बाबा हरी सिंह जी कहारपुरी नूं हुक्म कीता। आप जी ने सारा जीवन त्यागमई अते नाम सिमरन विच बतीत कीता अते 6 दिसंबर 1928 नूं ज्योति जोत समाए। आप दा संस्कार निर्मल कुटिया दे नेड़े कीता गया जिथे आप जी दा सुंदर अंगीठा साहिब सुशोभित है। हुण गुरद्वारा अंगीठा साहिब जी दे मुख सेवादार संत बाबा बलवीर सिंह जी रब जी हन। बहुत ही धन्यवाद जी। आप जी ने दर्शन किए हैं गुरद्वारा अंगीठा साहिब पिंड जियान जो कि हुशियारपुर के नेड़े स्थित है। आप जी नूं वीडियो कहो जी लगी अपनी राय कमेंट बॉक्स में जरूर दियो जी। वाहिगुरू जी का खालसा वाहिगुरू जी की फतेह।